ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਇਕਾਗਰ ਕਰਕੇ ਸਤਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜਨਾ ਕਰੋ। ਜੇ ਮਨ ਜੁੜ ਜਾਵੇਗਾ ਗੁਰੂ ਚਰਨਾਂ ਵਿੱਚ, ਗੁਰੂ ਚਰਨਾਂ ਵਿੱਚ ਤਾਂ ਇਸ ਮਨ ਦਾ ਭਲਾ ਹੋ ਜਾਵੇਗਾ। ਜ਼ਿੰਦਗੀਆਂ ਲੰਘ ਜਾਂਦੀਆਂ ਹਨ ਇਸ ਦੁਨੀਆਂ ਦੇ ਵਿੱਚੋਂ ਸਫ਼ਰ ਕਰਕੇ, ਆਪੋ ਆਪਣਾ ਸਫ਼ਰ ਸਾਰੇ ਤੈਅ ਕਰ ਰਹੇ ਹਨ। ਕੋਈ ਨੇੜੇ ਹੈ, ਕੋਈ ਦੂਰ ਹੈ, ਲੇਕਿਨ ਸਾਰੇ ਸੰਸਾਰ ਭਰ ਦੇ ਜੀਵ ਸਫ਼ਰ ਕਰ ਰਹੇ ਹਨ। ਕਿਸੇ ਦੀ ਮੰਜ਼ਿਲ ਨੇੜੇ ਹੈ, ਕਿਸੇ ਦੀ ਦੂਰ ਹੈ। ਦੂਰ ਨਾ ਜਾਵਾਂ, ਧਿਆਨ ਜੋੜੋ ਗੁਰੂ ਚਰਨਾਂ ਦੇ ਵਿੱਚ। ਭਾਈ ਸਾਹਿਬ ਜੀ ਦੀ ਪਹਿਲੀ ਵਾਰ ਆਪ ਜੀ ਸਰਵਣ ਕਰ ਰਹੇ ਸੀ। ਸਤਿਯੁਗ ਵਿੱਚ ਲੱਖ ਸਾਲ ਉਮਰ ਸੀ, ਤ੍ਰੇਤੇ ਵਿੱਚ 10,000 ਸਾਲ ਉਮਰ ਸੀ, ਦੁਆਪਰ ਵਿੱਚ 1,000 ਸਾਲ ਉਮਰ ਸੀ। ਹੁਣ ਜਿਹੜਾ ਸਾਡਾ ਸਮਾਂ ਹੈ ਕਲਯੁੱਗ ਦਾ, ਇਸ ਵਿੱਚ 100 ਸਾਲ ਉਮਰ ਹੈ। ਉਮਰ ਛੋਟੀ ਹੈ, ਪਾਪ ਵੱਡੇ ਹਨ। ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ। ਇੰਜ ਜਾਣੋ ਜਿਵੇਂ ਦੁਨੀਆ ਭ੍ਰਸ਼ਟ ਹੋਈ ਪਈ ਹੈ ਪਾਪਾਂ ਕੁਕਰਮਾਂ ਦੇ ਨਾਲ। ਜੇ ਧੰਨ ਗੁਰੂ ਨਾਨਕ ਸਾਹਿਬ ਜੀ ਨਹੀਂ ਆਉਂਦੇ ਤਾਂ ਖਬਰੇ ਸਾਡਾ ਕੀ ਹਾਲ ਹੁੰਦਾ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਸੀ, ਕਰਮ ਭ੍ਰਸ਼ਟ ਸਭ ਭਈ ਲੋਕਾਈ। ਲੋਕਾਈ ਦੁਨੀਆਂ ਨੂੰ ਕਹਿੰਦੇ ਹਨ, ਮੇਦਨੀ ਨੂੰ ਕਹਿੰਦੇ ਹਨ। ਆ ਜਿਹੜਾ ਮੇਲਾ ਭਰਿਆ ਹੋਇਆ ਹੈ, ਇਹ ਸਾਰੀ ਲੋਕਾਈ ਹੈ, ਲੋਕਾਂ ਦੇ ਨਾਲ ਭਰੀ ਹੋਈ। ਅੱਜ ਪਹਿਲੀ ਵਾਰ ਵਿੱਚੋਂ 8ਵੀਂ ਪੌੜੀ ਹੈ। ਚਹੋਂ ਵੇਦਾਂ ਕੇ ਧਰਮ ਮੱਥ, ਖੱਟ ਸ਼ਾਸਤਰ ਕਥ ਰਿਖ ਸੁਣਾਵੇ। ਚਾਰੇ ਵੇਦਾਂ ਦੇ ਧਰਮਾਂ ਨੂੰ ਵਿਚਾਰ ਕੇ, ਕਿਉਂਕਿ ਵੱਖ ਵੱਖ ਵੇਦ ਹੈ, ਉਹਦੇ ਮੁਤਾਬਕ ਇਸ ਭਰੀ ਹੋਈ ਦੁਨੀਆਂ ਦੇ ਵਿੱਚ ਵੱਖ ਵੱਖ ਧਰਮ ਬਣ ਗਏ ਹਨ। ਚਹੋ ਵੇਦਾਂ ਕੇ ਧਰਮ ਮੱਥ, ਮੱਥ ਰਿੜਕਣ ਨੂੰ ਕਹਿੰਦੇ ਹਨ, ਜਿਵੇਂ ਦਹੀਂ ਰਿੜਕੀ ਦਾ ਹੈ, ਲੱਸੀ ਬਣ ਜਾਂਦੀ ਹੈ, ਵਿੱਚੋਂ ਮੱਖਣ ਨਿਕਲ ਆਉਂਦਾ ਹੈ, ਮੱਖਣ ਤੋਂ ਘਿਓ ਬਣ ਜਾਂਦਾ ਹੈ। ਚਹੋ ਵੇਦਾਂ ਕੇ ਧਰਮ ਮੱਥ, ਸਮੇਂ ਦੇ ਗਿਆਨੀਆਂ ਨੇ ਜੋ ਵੀ ਉਸ ਵੇਲੇ ਸਨ, ਆਪੋ ਆਪਣੇ ਵੇਦਾਂ ਦੇ ਧਰਮਾਂ ਅਨੁਸਾਰ ਚੌਹਾਂ ਵੇਦਾਂ ਨੂੰ ਮੱਥ ਕੇ, ਰਿੜਕ ਕੇ, ਪੜ੍ਹ ਪੜ੍ਹ ਕੇ, ਖੱਟ ਸ਼ਾਸਤਰ ਕਥ, ਛੇ ਸ਼ਾਸਤਰ, ਉਹਨਾਂ ਨੂੰ ਕਿਵੇਂ ਲੋਕ ਕਥਦੇ ਹਨ, ਸੁਣਾਉਂਦੇ ਹਨ।
ਪਰ ਇਹਨਾਂ ਭੋਲਿਆਂ ਨੂੰ ਕੌਣ ਕਵੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਬੜੀ ਬੜੀ ਦੁਨੀਆ ਕਰੋੜਾਂ ਲੋਕ ਥੱਕ ਗਏ ਕਹਿ ਕਹਿ ਕੇ, ਪਰ ਅਕਾਲ ਪੁਰਖ ਜੀ ਦੀ ਸਾਰ ਕਿਸੇ ਨੇ ਨਹੀਂ ਪਾਈ। ਬਿਨਾਂ ਗੁਰੂ ਤੋਂ, ਬਿਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ, ਚੌਹਾਂ ਬੇਦਾਂ ਕੇ ਧਰਮ ਮੱਥ, ਖੱਟ ਸ਼ਾਸਤਰ ਖੱਟ ਛੇ ਨੂੰ ਕਹਿੰਦੇ ਹਨ। ਜਿਵੇਂ ਕੀਰਤਨ ਸੋਹਿਲਾ ਜੀ ਦਾ ਪਾਠ ਰਾਤ ਨੂੰ ਪੜ੍ਹ ਕੇ ਸੌਂ ਜਾਈਦਾ ਹੈ ਤਾਂ ਕਿ ਡਰ ਨਾ ਲੱਗੇ, ਭੈ ਨਾ ਲੱਗੇ, ਗੁਰੂ ਮਹਾਰਾਜ ਜੀ ਦੀ ਰੱਖਿਆ ਹੋ ਜਾਵੇ। ਛੇ ਘਰ ਛੇ ਗੁਰ, ਛੇ ਘਰ ਛੇ ਗੁਰ ਛੇ ਉਪਦੇਸ਼, ਉਹ ਇਹੋ ਸ਼ਬਦ ਹਨ ਜਿਹੜੇ ਦਸਰਾ ਖੱਟ ਕਹਿ ਰਿਹਾ ਹੈ। ਛੇ ਸ਼ਾਸਤਰ, ਖੱਟ ਸ਼ਾਸਤਰ ਕਥ ਰਿਖ ਸੁਣਾਵੇ, ਜਿਵੇਂ ਮੈਂ ਪੜ੍ਹ ਰਿਹਾ ਹਾਂ, ਆਪ ਜੀ ਸਰਵਣ ਕਰ ਰਹੇ ਹੋ, ਕਿਉਂਕਿ ਕੰਨ ਸਰਵਣ ਕਰਦੇ ਹਨ, ਇਹਨਾਂ ਨੂੰ ਸਰਵਣ ਕਹਿੰਦੇ ਹਨ, ਸੁਣਨ ਵਾਲੇ ਹਨ। ਇਹ ਸਰਵਣ ਹੋ ਮੇਰਿਓ, ਸੱਚ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ, ਉਸ ਵੇਲੇ ਦੇ ਗਿਆਨੀ ਰਿਖੀ ਜਿਹੜੇ ਸਨ, ਉਹ ਪੜ੍ਹ ਪੜ੍ਹ ਕੇ, ਰਿੜਕ ਰਿੜਕ ਕੇ, ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਇਆ ਕਰਦੇ ਸਨ। ਖੱਟ ਸ਼ਾਸਤਰ ਕਥ ਰਿਖ ਸੁਣਾਵੇ, ਰਿਖੀ ਸੁਣਾਉਂਦੇ ਸਨ। ਬ੍ਰਹਮਾਦਿਕ ਸਨ ਕਾਦਿਕਾ, ਜਿਉਂ ਤਿਹ ਕਹਾਂ ਤਿਹੈ ਤਿਵੈ ਜਗ ਗਾਵੇ। ਬ੍ਰਹਮਾਦਿਕ ਦੇਵਤੇ ਸਨਕ ਸਨੰਦਨ, ਇਹ ਸਾਰੇ ਨਾਮ ਗੁਰਬਾਣੀ ਵਿੱਚ ਆ ਜਾਂਦੇ ਹਨ। ਜਦੋਂ ਸਵਈਏ ਪੜ੍ਹੋ, ਸਭ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸ਼ਬਦਾਂ ਦੇ ਵਿੱਚੋਂ ਮਿਲ ਜਾਂਦਾ ਹੈ। ਜਿਉਂ ਤਿਹ ਕਹਾ, ਉਹਨਾਂ ਨੇ ਜਿਵੇਂ ਜਿਵੇਂ ਕਿਹਾ ਤਿਵੇਂ ਤਿਵੇਂ ਜਗਤ ਉਹਨਾਂ ਨੂੰ ਗਾਉਂਦਾ ਹੈ। ਆਪੋ ਆਪਣੇ ਵੇਦਾਂ ਦੇ ਧਰਮਾਂ ਦੇ ਅਨੁਸਾਰ, ਆਪੋ ਆਪਣੇ ਸਮੇਂ ਦੇ ਅਨੁਸਾਰ, ਜਿਵੇਂ ਕਲਯੁੱਗ ਦੇ ਵਿੱਚ, ਕਲਯੁੱਗ ਨਾਨਕ ਨਾਮ ਸੁਖਾਲਾ, ਗੁਰਸਿੱਖ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗਾਉਂਦੇ ਹਨ। ਗਾਵਨ ਪੜਨ ਵਿਚਾਰ ਬਹੁ, ਕੋਟ ਮਧੇ ਵਿਰ ਲਾਗਤ ਪਾਵੇ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰਬਾਣੀ ਇਸ ਜਗ ਮਹਿਚਾਨਣ, ਗੁਰਬਾਣੀ ਇਸ ਜਗ ਮਹਿਚਾਨਣ। ਬੜੀ ਦੁਨੀਆ ਗਾਉਂਦੀ ਸੀ, ਗਾਵਨ ਬੜੇ ਗਾਉਂਦੇ ਸਨ, ਪੜ੍ਹਨ ਬੜੇ ਪੜ੍ਹਦੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਫਰਮਾਉਂਦੇ ਹਨ, ਪੜ੍ਹਨ ਨਾਲ ਕੀ ਬਣੇਗਾ ਜੇ ਮਨ ਨਹੀਂ ਜੋੜਿਆ, ਦਿਲ ਨਹੀਂ ਜੋੜਿਆ ਆਪਣੇ ਵਾਹਿਗੁਰੂ ਜੀ ਨਾਲ, ਕਰਤਾ ਪੁਰਖ ਜੀ ਨਾਲ, ਅਕਾਲ ਪੁਰਖ ਜੀ ਨਾਲ। ਜਿਵੇਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਚਿੱਤ ਜੋੜਿਆ ਹੋਇਆ ਸੀ ਅਤੇ ਆਖਦੇ ਹਨ ਚਿੱਤ ਨਾ ਪਇਓ ਹਮਰੋ ਆਮਨ ਕਹਿ ਜੋਬੀ ਰਹੀ ਸੁਰਤ ਪ੍ਰਭ ਚਰਨਾ ਨਮਹਿ। ਇੰਜ ਮਨ ਨਾ ਜੋੜਿਆ ਤੇ ਗਾਉਣ ਦਾ ਪੜ੍ਹਨ ਦਾ ਕਿਵੇਂ ਲਾਭ ਮਿਲੇਗਾ। ਅੱਠਵੀਂ ਪੌੜੀ ਹੈ, ਪਹਿਲੀ ਵਾਰ ਹੈ। ਗਾਵਨ ਪੜ੍ਹਨ ਵਿਚਾਰ ਬਹੁਤ ਬੜੇ ਬੜੇ ਲੋਕ ਵਿਚਾਰ ਕਰਦੇ ਹਨ, ਅਰਥਾਂ ਨਾਲ ਪੜ੍ਹਦੇ ਹਨ, ਜਿਵੇਂ ਸਤਿਗੁਰਾਂ ਨੇ ਹੁਕਮ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਮੁੱਖ ਤੇ ਪੜ੍ਹਤਾ ਟੀਕਾ ਸਹਿਤ। ਟੀਕੇ ਅਨੁਸਾਰ ਅਰਥਾਂ ਨਾਲ ਬੰਦਾ ਪੜ੍ਹਦਾ ਹੈ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਪਰ ਰਹਿਤ ਅੰਦਰੋਂ ਤੇ ਬਾਹਰੋਂ ਕੱਚੀ ਹੈ, ਪੂਰੀ ਨਹੀਂ ਹੈ। ਮੁੱਖ ਤੇ ਪੜ੍ਹਤਾ ਟੀਕਾ ਸਹਿਤ, ਉਸ ਵੇਲੇ ਵੀ ਲੋਕ ਪੜ੍ਹਦੇ ਸਨ, ਵਿਚਾਰ ਵੀ ਕਰਦੇ ਸਨ, ਪਰ ਮਨ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਜੁੜਦਾ ਸੀ, ਉਸ ਕਰਤਾ ਪੁਰਖ ਜੀ ਨਾਲ, ਵਾਹਿਗੁਰੂ ਜੀ ਦੇ ਨਾਲ। ਗਾਵਨ ਪੜ੍ਹਨ ਵਿਚਾਰ ਬਹੁ, ਬੜੇ ਲੋਕ ਪੜ੍ਹਦੇ ਸਨ, ਵਿਚਾਰ ਕਰਦੇ ਸਨ, ਗਾਉਂਦੇ ਸਨ। ਕੋਟ ਮਦੇ ਕਰੋੜਾਂ ਵਿੱਚੋਂ ਵਿਰਲਾਂਗਤ ਪਾਵੇ, ਕਰੋੜਾਂ ਵਿੱਚੋਂ ਪਿਆਰਿਓ ਕੋਈ ਵਿਰਲਾ ਹੀ ਇਸ ਭਾਵ ਸਾਗਰ ਤੋਂ ਪਾਰ ਹੁੰਦਾ ਸੀ, ਕੋਈ ਵਿਰਲਾ ਹੀ ਵਾਹਿਗੁਰੂ ਜੀ ਦੇ ਨਾਲ ਜੁੜਦਾ ਸੀ। ਅੱਜ ਵੀ ਪੜ੍ਹਦੇ ਹਾਂ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਸਮਝਾਉਂਦੇ ਹਨ, ਕੋਟ ਮਦੇ ਕਿਨੈ ਵਿਰਲੇ ਪਛਾਣਿਆ, ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਕੋਟ ਮਦੇ ਕਿਨੈ ਪਛਾਣਿਆ, ਆਪ ਪੜਿਆ ਕਰੋ, ਦਸਰਾ ਜੇ ਭੁੱਲ ਜਾਵੇ ਤੇ ਮੈਨੂੰ ਮੁਆਫ ਕਰ ਦਿਆ ਕਰੋ, ਖਿਮਾ ਕਰ ਦਿਆ ਕਰੋ, ਮੈਂ ਗੱਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ, ਸੰਗਤ ਪਾਸੋਂ ਖਿਮਾ ਮੰਗਦਾ ਹਾਂ। ਭੁੱਲ ਜਾਂਦਾ ਹਾਂ ਕਈ ਵਾਰੀ, ਅੱਖਰ ਰਸਨਾ ਤੋਂ ਇੱਧਰ ਉੱਧਰ ਹੋ ਜਾਂਦਾ ਹੈ, ਸੰਗਤ ਖਿਮਾ ਕਰ ਦੇਵੇ ਬੰਦਾ ਬਖਸ਼ਿਆ ਜਾਂਦਾ ਹੈ। ਕੋਟ ਮਧੇ, ਮਧੇ ਕਹਿੰਦੇ ਹਨ ਕਰੋੜਾਂ ਦੇ ਵਿੱਚੋਂ, ਕਿਸੇ ਵਿਰਲੇ ਦੀ ਗਤੀ ਹੁੰਦੀ ਸੀ। ਇਹ ਆਚਰ ਜੇ ਮਨ ਆਮਦੀ, ਅਨੋਖੀ ਗੱਲ ਹੈ, ਕਿੰਨਾ ਕਿੰਨਾ ਚਿਰ ਦੁਨੀਆ ਉਸ ਵੇਲੇ ਪੜ੍ਹਦੀ ਸੀ, ਸੁਣਦੀ ਸੀ, ਪਰ ਵਾਹਿਗੁਰੂ ਜੀ ਦਾ ਭੇਦ ਨਹੀਂ ਪਾ ਸਕੀ। ਅਸਚਰਜ ਗੱਲ ਹੈ, ਹੈਰਾਨਗੀ ਦੀ ਗੱਲ ਹੈ, ਇੰਨਾ ਪੜ੍ਹਨਾ, ਇੰਨਾ ਪੜ੍ਹਨਾ, ਇੰਨਾ ਪੜ੍ਹਨਾ, ਇੰਨਾ ਸੁਣਨਾ, ਪਰ ਮਨ ਫਿਰ ਵੀ ਨਹੀਂ ਜੁੜਿਆ ਵਾਹਿਗੁਰੂ ਜੀ ਦੇ ਨਾਲ। ਇਹ ਅਚਰਜ ਮਨ ਆਉਂਦੀ, ਮਨ ਵਿੱਚ ਇਹ ਸੋਚ ਆਉਂਦੀ ਹੈ, ਭਲਾ ਕਿਉਂ ਨਹੀਂ ਹੋਇਆ ਦੁਨੀਆ ਦਾ, ਪੜਤ ਗੁਣਤ ਕਛ ਭੇਦ ਨਾ ਪਾਵੇ, ਪਰ ਕਿਸੇ ਨੇ ਭੇਦ ਨਹੀਂ ਪਾਇਆ ਵਾਹਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ। ਜਦ ਹਰ ਯੁੱਗ ਦੇ ਵਿੱਚ
ਸਤਿਯੁਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਹੋਵੇ, ਹੁਣ ਕਲਯੁਗ ਹੈ। ਜਦ ਉਹਨਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਜਗ ਰਹੀ ਹੈ, ਦੁਨੀਆਂ ਦੇ ਲੋਕਾਂ ਨੂੰ ਸਮਝ ਕਿਉਂ ਨਹੀਂ ਪੈਂਦੀ? ਜੁਗ ਜੁਗ ਏਕੋ ਵਰਨ ਹੈ, ਹਰ ਯੁਗ ਵਿੱਚ ਉਹੀ ਹਨ ਕਰਤਾ ਪੁਰਖ ਜੀ, ਵਾਹਿਗੁਰੂ ਜੀ, ਅਕਾਲ ਪੁਰਖ ਜੀ, ਭਗਵਾਨ ਜੀ, ਨਿਰੰਕਾਰ ਜੀ। ਕਲ ਯੁਗ ਕਿਉਂ ਬਹੁਤੇ ਦਿਖਲਾਵੇ, ਕਲ ਯੁਗ ਕਿਉਂ ਬਹੁਤੇ ਰੱਬ ਦਿਖਾ ਰਿਹਾ ਹੈ? ਵਾਹਿਗੁਰੂ, 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 ਵਾਹਿਗੁਰੂ। ਜਦ ਹਰ ਯੁੱਗ ਵਿੱਚ ਵਾਹਿਗੁਰੂ ਜੀ ਹਨ, ਕਲਯੁੱਗ ਨੇ ਕਿਉਂ ਇੰਨੇ ਰੱਬ ਦਿਖਾ ਦਿੱਤੇ ਹਨ? ਜੁਗ ਜੁਗ ਏਕੋ, ਜੁਗ ਜੁਗ ਇੱਕੋ ਵਰਨ ਹੈ, ਕਲ ਯੁਗ ਕਿਉਂ ਬਹੁਤੇ ਦਿਖਲਾਵੇ। ਆਓ ਉੱਥੇ ਚੱਲੀਏ, ਆਓ ਉੱਥੇ ਚੱਲੀਏ, ਆਓ ਉੱਥੇ ਚੱਲੀਏ, ਆਓ ਫਲਾਣੀ ਜਗ੍ਹਾ ਚੱਲੀਏ। ਕਲਯੁਗ ਦੇ ਜੀਵ ਕਿਉਂ ਥਾਂ ਥਾਂ ਰੱਬ ਨੂੰ ਲੱਭਦੇ ਹਨ?
ਚੰਦਰ ਵੱਜੇ ਤਾਈਓ ਤੇ ਚਾਬੀ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰ ਕੁੰਜੀ ਗੁਰੂ ਕੁੰਜੀ ਹਨ ਦਰਵਾਜੇ ਦੀ ਆ ਜਿਹੜਾ ਮਨ ਨੂੰ ਤਾਕ ਲੱਗਾ ਹੋਇਆ ਹੈ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਬੜੇ ਅਵਰ ਨਾ ਕੁੰਜੀ ਹੱਥ ਖੋਲ ਕਿਸੇ ਕੋਲ ਕੁੰਜੀ ਨਹੀਂ ਬਿਨਾਂ ਗੁਰਬਾਣੀ ਤੋਂ ਪਿਆਰਿਓ ਇਹ ਤਾਕ ਇਹ ਦਰਵਾਜਾ ਤਾਕ ਦਰਵਾਜੇ ਨੂੰ ਕਹਿੰਦੇ ਹਨ ਜਿਹੜਾ ਸੌ ਸਾਲ ਲੱਗਾ ਰਹਿੰਦਾ ਹੈ ਬੰਦਾ ਉਂਜ ਹੀ ਚਲਾ ਜਾਂਦਾ ਹੈ ਬੂਹਾ ਲੱਗਾ ਹੀ ਰਹਿੰਦਾ ਹੈ ਜੰਦਰਾ ਵੱਜਾ ਹੀ ਰਹਿੰਦਾ ਹੈ ਗੁਰਬਾਣੀ ਇਸ ਜੱਗ ਮਹਿ ਜਾਨਣ ਗੁਰਬਾਣੀ ਇਸ ਜੱਗ ਮਹਿ ਜਾਨਣ ਜੰਦਰ ਵੱਜੇ ਤ੍ਰਿਹੁ ਜੁਗੀ ਕਾਠ ਪੜ ਰਹਿ ਪਰਮ ਨਹਿ ਜਾਵੇ ਕਥਾ ਕਰ ਰਹੇ ਹਨ ਕਹਿ ਰਹੇ ਹਨ ਪੜ ਰਹੇ ਹਨ ਪਰ ਜਿਹੜਾ ਪਰਮ ਹੈ ਇਹ ਝੂਠੀ ਦੁਨੀਆਂ ਦਾ ਉਹ ਤੇ ਜਾਂਦਾ ਨਹੀਂ ਅੰਦਰੋਂ ਉਹ ਉਦਣ ਨਹੀਂ ਜਾਂਦਾ ਹੈ ਜਮ ਦੀਆ ਜਮਾਮਾ ਆਏ ਜਦੋਂ ਜਮ ਲੈਣ ਆ ਜਾਂਦੇ ਹਨ ਗੁਰੂ ਮਹਾਰਾਜ ਜੀ ਦੀ ਸੰਗਤ ਨਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨਾ ਸੁਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਨਾ ਵਿਚਾਰਿਆ ਕਿ ਕੁੰਜੀ ਕਿਹਦੇ ਕੋਲ ਹੈ ਸਾਡੇ ਸਮੇਂ ਵਿੱਚ ਆਸਾ ਜੀ ਦੀ ਵਾਰ ਵਿੱਚ ਸਤਿਗੁਰੂ ਜੀ ਹੁਕਮ ਕਰਦੇ ਹਨ ਕਲ ਮਹਿ ਵੇਦ ਅਥਰ ਬਣ ਹੋਊਆ ਨਾ ਖੁਦਾਈ ਅਲਹ ਭਇਆ ਨਾ ਬਦਲ ਗਏ ਰੱਬ ਦੇ ਲੋਕਾਂ ਨੇ ਨਾ ਹੀ ਬਦਲਾ ਦਿੱਤੇ ਭੱਜੀ ਫਿਰਦੀ ਹੈ ਦੁਨੀਆਂ ਰੱਬ ਨੂੰ ਲੱਭਣ ਵਾਸਤੇ ਕਈ ਜਗ੍ਹਾ ਰੱਬ ਦਿਖਾ ਦਿੱਤੇ ਜੁਗ ਜੁਗ ਇੱਕ ਵਰਨ ਹੈ ਕਲ ਯੁਗ ਕਿਉਂ ਬਹੁਤੇ ਦਿਖ ਲਾਵੇ ਕਿਉਂਕਿ ਗੁਰੂ ਦੇ ਚਰਨ ਮਨ ਨੇ ਨਹੀਂ ਫੜੇ ਜਿਉਂ ਕਰ ਕਥਿਆ ਚਾਰ ਵੇਦ ਜਿਵੇਂ ਜਿਵੇਂ ਕਥਿਆ ਕਥਾ ਕੀਤੀ ਲੋਕਾਂ ਨੇ ਖੱਟ ਸ਼ਾਸਤਰ ਸੰਗ ਸਾਖ ਸੁਣਾਵੇ ਸ਼ਾਸਤਰਾਂ ਨਾਲ ਸਾਖ ਆਦਿ ਵਾਲੇ ਸੁਣਾਵਦੇ ਹਨ ਦੁਨੀਆਂ ਭਰਮਾਂ ਵਿੱਚ ਭਰਮੀ ਪਈ ਹੈ ਕਿੱਧਰ ਜਾਣ ਰਾਹ ਬੜੇ ਹਨ ਮਨ ਮੁੱਖ ਭੁੱਲਾ ਬਹੁਤੀ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹਨਾ ਮਨ ਮੁੱਖ ਭੁੱਲਾ ਬਹੁਤੀ ਰਾਹੀਂ ਆਪੋ ਆਪਣੇ ਮਤ ਸਭ ਗਾਵੇ ਆਪੋ ਆਪਣੇ ਮਤ ਸਭ ਗਾਵੇ ਆਪੋ ਆਪਣੇ ਮਤ ਸਾਰੇ ਗਾਉਂਦੇ ਹਨ ਆਓ ਉੱਥੇ ਚੱਲੀਏ ਆਓ ਉੱਥੇ ਚੱਲੀਏ ਆਓ ਉੱਥੇ ਚੱਲੀਏ ਪਰ ਕੋਈ ਨਹੀਂ ਕਹਿੰਦਾ ਆਓ ਰੱਬ ਵੱਲ ਚੱਲੀਏ ਅਕਾਲ ਪੁਰਖ ਵੱਲ ਚੱਲੀਏ ਨਿਰੰਕਾਰ ਵੱਲ ਚੱਲੀਏ ਬਿਨਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਬਾਜਾਂ ਵਾਲੇ ਸਤਿਗੁਰੂ ਜੀ ਤੋਂ ਆ ਕੋਈ ਨਹੀਂ ਕਹਿੰਦਾ ਅਕਾਲ ਅਕਾਲ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਜੀ ਨੂੰ ਜਪੋ ਦੁਨੀਆਂ ਦੇ ਵਿੱਚ ਕਲ ਯੁਗ ਦੇ ਵਿੱਚ ਆਪੋ ਆਪਣੇ ਮਤ ਸਭ ਗਾਵੇ ਆਪੋ ਆਪਣੇ ਸਭ ਗਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਆਪੋ ਆਪਣੇ ਮਤ ਸਭ ਗਾਵੇ ਪੂਰੀ ਕਲਯੁਗ ਦੇ ਵਿੱਚ ਦੁਨੀਆ ਇਸੇ ਤਰ੍ਹਾਂ ਆਪੋ ਆਪਣੇ ਮਤ ਬਣਾ ਕੇ ਬੈਠੀ ਹੈ ਉਹਨੂੰ ਭੁੱਲ ਗਈ ਹੈ ਜਿਹਨੇ ਮਾਂ ਦੀ ਕੁੱਖ ਵਿੱਚ ਰੱਖਿਆ ਕੀਤੀ ਹੈ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ ਹੈ ਲਾਗਤ ਪਵਨ ਖਸਮ ਵਿਸਰਾਇਆ ਅੱਜ ਇੱਥੇ ਸਮਾਪਤੀ ਹੈ ਕਥਾ ਕਰਦੇ ਆ ਦਾਸ ਦਿਲਬਾਗ ਸਿੰਘ ਪਾਸੋਂ ਕਈ ਭੁੱਲਾਂ ਹੋ ਗਈਆਂ ਹਨ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਧੰਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ ਉਹ ਦਾਸ ਦਿਲਬਾਗ ਸਿੰਘ ਪਾਸੋਂ ਕਥਾ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਤੁਕਲਾ ਕੰਨਾ ਅੱਗੇ ਪਿੱਛੇ ਪੜਿਆ ਗਿਆ ਹੈ ਮੈਂ ਭੁੱਲ ਜਾਂਦਾ ਹਾਂ ਸਤਿਗੁਰ ਜੀ ਮੈਨੂੰ ਖਿਮਾ ਕਰ ਦਿਓ ਖਿਮਾ ਕਰ ਦਿਓ ਖਿਮਾ ਕਰ ਦਿਓ ਆਪ ਖਿਮਾ ਦੇ ਘਰ ਹੋ ਮੈਨੂੰ ਬਖਸ਼ ਦਿਓ ਆਪ ਬਖਸ਼ਣ ਹਾਰ ਹੋ ਜਿਨ੍ਹਾਂ ਸੰਗਤਾਂ ਨੇ ਕਥਾ ਸਰਵਣ ਕੀਤੀ ਹੈ ਆਪਣਾ ਮਨ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦਿਓ ਮੈਂ ਭੁੱਲ ਜਾਂਦਾ ਹਾਂ ਜੀਭਾ ਦੀ ਡੋਰੀ ਮੇਰੇ ਵਾਹਿਗੁਰੂ ਜੀ ਦੇ ਹੱਥ ਹੈ ਜਿਵੇਂ ਜਿਵੇਂ ਬੁਲਾਉਂਦੇ ਹਨ ਤਿਵੇਂ ਤਿਵੇਂ ਦਾਸਰਾ ਬੋਲ ਦਿੰਦਾ ਹੈ ਹੁਕਮ ਹਨ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ ਕੁਦਰਤ ਤਾਕਤ ਨੂੰ ਕਹਿੰਦੇ ਹਨ ਮੇਰੀ ਕੀ ਤਾਕਤ ਹੈ ਮੈਂ ਬੋਲ ਸਕਾਂ ਆਪ ਸਾਧ ਸੰਗਤ ਦੇ ਵਿੱਚ ਮੇਰੇ ਵਾਹਿਗੁਰੂ ਜੀ ਵਸਦੇ ਹਨ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ ਮੈਂ ਆਸ ਰੱਖਦਾ ਹਾਂ ਮੈਨੂੰ ਬਖਸ਼ ਦਿਓਗੇ ਗੱਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਵੀ ਖਿਮਾ ਮੰਗਦਾ ਹਾਂ ਸੰਗਤਾਂ ਪਾਸੋਂ ਵੀ ਖਿਮਾ ਮੰਗਦਾ ਹਾਂ ਹੋ ਸਕੇ ਤੇ ਕੋਈ ਸ਼ਬਦ ਆਪਣੇ ਮਨ ਵਿੱਚ ਵਸਾ ਲੈਣਾ ਇਹ ਜਿੰਨੀ ਵੀ ਸੇਵਾ ਹੋ ਰਹੀ ਹੈ ਯੂਟਿਊਬ ਵਾਲੇ ਕਰ ਰਹੇ ਹਨ ਇਹ ਗੂਗਲ ਵਾਲੇ ਯੂਟਿਊਬ ਵਾਲੇ ਇਹ ਕਰ ਰਹੇ ਹਨ ਜਿੰਨੀ ਵੀ ਯੂਟਿਊਬ ਦੀ ਟੀਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸਰਾ ਅਰਦਾਸ ਕਰਦਾ ਹੈ ਸਤਿਗੁਰ ਜੀ ਯੂਟਿਊਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ ਦੁਨੀਆ ਤੋਂ ਸਭ ਕੁਝ ਮੁੱਕ ਜਾਵੇਗਾ ਪਰ ਗੁਰੂ ਦਾ ਸ਼ਬਦ ਜਿਹੜਾ ਹੈ ਇਹਦਾ ਫਲ ਯੂਟਿਊਬ ਵਾਲਿਆਂ ਨੂੰ ਵਾਹਿਗੁਰੂ ਜੀ ਦੇਣਗੇ ਹੀ ਦੇਣਗੇ ਕਿਉਂਕਿ ਸਤਿਗੁਰੂ ਜੀ ਕਿਸੇ ਦੀ ਇੱਕ ਤਿਲ ਜਿੰਨੀ ਵੀ ਘਾਲ ਨਹੀਂ ਰੱਖਦੇ ਇੱਕ ਤਿਲ ਨਹੀਂ ਭੰਨੇ ਘਾਲੇ ਦੁਨੀਆ ਦੇ ਦਰਖਤ ਨੂੰ ਦੋ ਫਲ ਲੱਗੇ ਹੋਏ ਹਨ ਸੰਸਾਰ ਬਿਰਖ ਕੋ ਦੋਏ ਫਲ ਲਾਏ ਉਹ ਕਿਹੜੇ ਫਲ ਹਨ ਬਿਖ ਅੰਮ੍ਰਿਤ ਕਰਤਾਰੋ ਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਹਮੇਸ਼ਾ ਦਾਸ ਬੇਨਤੀ ਕਰਦਾ ਹੈ ਇਹ ਭਾਗਾਂ ਦੀ ਖੇਡ ਹੈ ਕਿਹੜਾ ਮਨ ਕਿਹੜਾ ਫਲ ਤੋੜ ਕੇ ਖਾਂਦਾ ਹੈ ਸਤਿਗੁਰ ਜੀ ਯੂਟਿਊਬ ਨੂੰ ਸਦਾ ਖੁਸ਼ੀਆਂ ਬਖਸ਼ਿਸ਼ ਕਰਨੀਆਂ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਦਹੀਂ ਦੀ ਜਾਗ ਭਾਵੇਂ ਥੋੜੀ ਜਿਹੀ ਹੋਵੇ ਯੋਗਰ ਦਹੀਂ ਭਾਵੇਂ ਥੋੜਾ ਜਿਹਾ ਇੱਕ ਚਮਚਾ ਵੀ ਹੋਵੇ ਉਹਦੇ ਨਾਲ ਕਿੰਨਾ ਦੁੱਧ ਜੰਮ ਜਾਂਦਾ ਹੈ ਅਜਾਮਲ ਜੀ ਨੇ ਇੱਕ ਵਾਰੀ ਕਿਹਾ ਹੈ ਨਾਰਾਇਣ ਉਹਦੇ ਨਾਲ ਹੀ ਭਲਾ ਹੋ ਗਿਆ ਹੁਕਮ ਹਨ ਗੁਰਬਾਣੀ ਵਿੱਚ ਅਜਾਮਲ ਉਧਰਿਓ ਕਹਿ ਇੱਕ ਵਾਰ ਗੂਗਲ ਵਾਲਿਆਂ ਨੂੰ ਵੀ ਬੇਨਤੀ ਹੈ ਆ ਮੈਸੇਜ ਆਏ ਹਨ ਇਹ ਸਾਈਟ ਬੰਦ ਕਰਨ ਲੱਗੇ ਹਾਂ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਸੀਂ ਵੀ ਮੇਰੀ ਹੈਲਪ ਕਰਨੀ ਇਹਨੂੰ ਨਾ ਰੋਕਣਾ ਇਹ ਇਸੇ ਤਰ੍ਹਾਂ ਚੱਲਦੀ ਰਹੇ ਮੈਂ ਹੱਥ ਜੋੜ ਕੇ ਗੂਗਲ ਵਾਲਿਆਂ ਪਾਸ ਵੀ ਬੇਨਤੀ ਕਰਦਾ ਹਾਂ ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਚੀਜ਼ਾਂ ਦੀ ਮੈਂ ਗੁਰਬਾਣੀ ਪੜ੍ਹ ਕੇ ਆਪ ਨੂੰ ਸੁਣਾ ਸਕਦਾ ਹਾਂ ਗੁਰਬਾਣੀ ਤੁਹਾਡੇ ਵਾਸਤੇ ਵੀ
ਪੂਰੀ ਦੁਨੀਆ ਵਾਸਤੇ ਚਾਨਣਾ ਹੈ। ਜਿੱਥੇ ਕਿੱਥੇ ਇਹੋ ਜਿਹੀ ਲੋੜ ਹੁੰਦੀ ਹੈ ਤੁਸੀਂ ਆਪ ਮੇਰੀ ਹੈਲਪ ਕਰ ਦਿਆ ਕਰੋ। ਗੁਰਬਾਣੀ ਸਭ ਦਾ ਭਲਾ ਮੰਗਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪੂਰੀ ਦੁਨੀਆ ਦਾ ਭਲਾ ਮੰਗਦੇ ਹਨ। ਰਾਤ ਦਿਨ ਅਰਦਾਸਾਂ ਹੋ ਰਹੀਆਂ ਹਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ। ਧੰਨ ਗੁਰੂ ਨਾਨਕ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਗੁਰਦੁਆਰੇ ਜਾਇਆ ਕਰੋ। ਬਿਨਾਂ ਰੱਬ ਤੋਂ, ਬਿਨਾਂ ਵਾਹਿਗੁਰੂ ਤੋਂ ਕੋਈ ਹੋਰ ਇਸ ਦੁਨੀਆਂ ਦਾ ਮਾਲਕ ਨਹੀਂ ਹੈ। ਕੋਈ ਉਹ ਕਰਤਾ ਪੁਰਖ ਕਰਤਾਰ ਜੀ ਇਸ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਹਨ। ਹੋਰ ਕੋਈ ਰੱਬ ਨਹੀਂ, ਰੱਬ ਇੱਕੋ ਹੈ, ਵਾਹਿਗੁਰੂ ਇੱਕੋ ਹੈ। ਤੇ ਸਹਿ ਸ਼ਰੀਕ ਨਾ ਦਿਸੈ ਕੋਈ, ਉਹਦਾ ਹੋਈ ਹੋਰ ਕੋਈ ਸ਼ਰੀਕ ਨਹੀਂ। ਉਹ ਆਪ ਹੀ ਹਨ ਵਾਹਿਗੁਰੂ ਜੀ, ਉਹ ਆਪ ਹੀ ਹਨ ਕਰਤਾ ਪੁਰਖ ਜੀ, ਉਹ ਆਪ ਹੀ ਹਨ ਇੱਕ ਓਅੰਕਾਰ ਜੀ, ਉਹ ਆਪ ਹੀ ਹਨ ਸਤਨਾਮ ਜੀ। ਯੂਕੇ ਦੀ ਜਿੰਨੀ ਵੀ ਸੰਗਤ ਹੈ ਸਾਰਿਆਂ ਵਾਸਤੇ ਦਸਰਾ ਅਰਦਾਸ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਸੁਖੀ ਰੱਖਣ। ਜਿੰਨੀਆਂ ਵੀ ਕੰਟਰੀਆਂ ਹਨ ਜਿੱਥੇ ਜਿੱਥੇ ਵੀ ਆਤਮ ਪਸਾਰਾ ਹੈ, ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਅਗੇਨ ਥੈਂਕਸ ਹੈ ਯੂਟਿਊਬ ਦੀ ਟੀਮ ਦਾ। ਵਾਹਿਗੁਰੂ ਤੋਂ ਸਾਨੂੰ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਬੜਾ ਚਾਨਣਾ ਤੁਸੀਂ ਦੂਰ ਦੂਰ ਤੱਕ ਪਹੁੰਚਾ ਰਹੇ ਹੋ ਪਵਿੱਤਰ ਗੁਰਬਾਣੀ ਦਾ। ਗੁਰਬਾਣੀ ਇਸ ਜੱਗ ਮਹਿ ਚਾਨਣ, ਹੋਰ ਕੋਈ ਨਹੀਂ ਲਾਈਟ ਜਗਾਉਣ ਵਾਲਾ, ਚਾਨਣਾ ਦੇਣ ਵਾਲਾ ਬਿਨਾਂ ਗੁਰਬਾਣੀ ਤੋਂ। ਆਓ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।